देश दुनिया की हर वड्डी खबर के लिए हुणे डाउनलोड करो नंबर 1 न्यूज ऐप दैनिक सवेरा टाइम्स। किसानी संघर्ष जिहड़ा है लगातार जारी है। जिहड़े किसानां दे खिलाफ 3 बिल पास करके कानून बना दिए गए सन उस दे विरोध दे विच अज किसान जिहड़े ने ओह 11वें दिन भी सिंघू बॉर्डर दे उत्ते डटे होए ने ते इस दे चलदे अज फिर किसानां वल्लों देश दे प्रधानमंत्री नरेंद्र मोदी दा पुतला साड़िया गया। इस बारे च गल कर ली ओह लोग ओह किसान साडे नाल मौजूद ने जिन्हां ने इह पुतला साड़िया सी। गल्लबात करदे आं अज तुसीं फिर जिहड़ा नरेंद्र मोदी दा पुतला साड़िया लगातार 11 दिन हो चुके होए ने तुसीं सारे ਤੁਸੀਂ ਕਿਹਾ ਸਾਰੇ ਜਣੇ ਜਿਹੜੇ ਨੇ ਉਹ ਪ੍ਰੋਟੈਸਟ ਦੇ ਉੱਤੇ ਬੈਠੇ ਹੋਏ ਨੇ। ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਸਾਨਾਂ ਵੱਲੋਂ ਅੱਜ ਇੱਥੇ ਆਏ ਹਾਂ ਨਾ ਕਿ ਕਿਸੇ ਪਾਰਟੀ ਵੱਲੋਂ। ਇਹ ਮੋਦੀ ਸਰਕਾਰ ਨੇ ਜਿਹੜੇ 3 ਆਰਡੀਨੈਂਸ ਪਾਸ ਕਰੇ ਆ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਨੇ। ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ। ਅੱਜ ਅਸੀਂ ਇਹਦਾ ਮੋਦੀ ਦਾ ਆਰਥੀ ਫਰੂਕ ਮੁਜ਼ਾਹਰਾ ਕਰਿਆ ਨਾਲ ਅਸੀਂ ਕਹਿੰਦੇ ਹਾਂ ਵੀ ਮੋਦੀ ਮਰ ਗਿਆ ਕੰਗਣਾ ਰੰਡੀ ਕਰ ਗਿਆ ਹਾਏ ਹਾਏ। ਸਾਰਿਆਂ ਵੱਲੋਂ ਸਾਡਾ ਇਹੀ ਨਾਰਾ ਮੋਦੀ ਲਗਾਤਾਰ ਦੇਖਿਆ ਜਾ ਰਿਹਾ। ਪਿਛਲੇ 11 ਦਿਨ ਤੋਂ ਜਦੋਂ ਦੇ ਕਿਸਾਨ ਇੱਥੇ ਬੈਠੇ ਹੋਏ ਨੇ ਮੀਟਿੰਗਾਂ ਚੱਲ ਰਹੀਆਂ ਨੇ ਕਿਸਾਨੀ ਜਿਹੜੇ ਯੂਨੀਅਨ ਦੇ ਜਿਹੜੇ ਜਥੇਦਾਰ ਨੇ ਜਾਂ ਜਿਹੜੇ ਮੋਹਤਵਾਰ ਨੇ ਉਹ ਲਗਾਤਾਰ ਜਾ ਕੇ ਕੇਂਦਰ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਪਰ ਮੀਟਿੰਗਾਂ ਦੇ ਸਿੱਟੇ ਕੋਈ ਨਹੀਂ ਨਿਕਲਦੇ। ਫਿਰ 9 ਤਰੀਕ ਨੂੰ ਅੱਗੇ ਜਿਹੜੀਆਂ ਮੀਟਿੰਗ ਪਾ ਦਿੱਤੀ ਗਈ ਹੈ ਕਿਤੇ ਨਾ ਕਿਤੇ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਕਿਸਾਨਾਂ ਨੇ ਪ੍ਰੈਸ਼ਰ ਇੰਨਾ ਬਣਾਤਾ ਕਿ ਸੋਧ ਲਈ ਤਿਆਰ ਹੋ ਗਏ ਨੇ। ਜੀ ਦੇਖੋ ਜੀ ਇਹ ਬਾਰ ਬਾਰ ਬਸ ਮੀਟਿੰਗਾਂ ਕਰ ਰਹੇ ਨੇ ਬਾਰ ਬਾਰ ਬੁਲਾ ਰਹੇ ਨੇ ਇਹ ਬੁਲਾਉਣ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਜੇ ਕਰਨਾ ਹੈ ਤਾਂ ਇਹ ਰੱਦ ਹੀ ਕੀਤਾ ਜਾਵੇ। ਇਹ ਬਾਰ ਬਾਰ ਇਹਦਾ ਇਹ ਨਹੀਂ ਆ ਮਤਲਬ ਕਿ ਜੀ ਬਾਰ ਬਾਰ ਬੁਲਾਇਆ ਲੋਲੀਪੋਪ ਦੇ ਕੇ ਤੋਰਤਾ ਬਾਰ ਬਾਰ ਬੁਲਾਇਆ ਲੋਲੀਪੋਪ ਦੇ ਕੇ ਤੋਰਤਾ ਇਹ ਰੱਦ ਹੀ ਕਰਨਾ ਚਾਹੀਦਾ ਹੈ ਅਤੇ ਰੱਦ ਹੀ ਹੋਗਾ ਨਹੀਂ ਤਾਂ 8 ਤਰੀਕ ਨੂੰ ਸਾਰਾ ਹਿੰਦੁਸਤਾਨ ਬੰਦ ਹੋਏਗਾ। ਕਿਸਾਨੀ ਜਥੇਬੰਦੀਆਂ ਵੱਲੋਂ 8 ਤਰੀਕ ਨੂੰ ਭਾਰਤ ਵਿੱਚ ਚੱਕਾ ਜਾਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਕਿਉਂਕਿ ਇੱਥੇ ਜਿਹੜੇ ਕਿਸਾਨ ਮੌਜੂਦ ਨੇ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਇੱਥੇ ਮੌਜੂਦ ਹੈ ਫਿਰ ਭਾਰਤ ਦੇ ਵਿੱਚ ਚੱਕਾ ਜਾਮ ਕਿਸ ਤਰੀਕੇ ਹੋਊਗਾ? ਬਿਲਕੁਲ ਜੀ ਇਹ ਚੱਕਾ ਜਾਮ ਹੋਊਗਾ। ਇਕੱਲੇ ਕਿਸਾਨੀ ਨਹੀਂ ਇਹ ਹਰ ਵਰਗ ਜਿਹੜਾ ਦੁਖੀ ਆ ਮੋਦੀ ਤੋਂ। ਦੇਖੋ ਟਰਾਂਸਪੋਰਟ ਜਿਹੜਾ ਹੈਗਾ ਉਹਨੇ ਸਮਰਥਨ ਦੇਤਾ ਹੈ ਅਤੇ ਬਿਜ਼ਨਸਮੈਨ ਹੈ ਜਿਹੜੇ ਉਹਨਾਂ ਨੇ ਸਮਰਥਨ ਦੇ ਦਿੱਤਾ। ਹਰ ਬੰਦਾ ਕਿਉਂਕਿ ਹਰ ਬੰਦਾ ਕਿਸਾਨੀ ਨਾਲ ਜੁੜਿਆ ਜੇ ਕਿਸਾਨੀ ਚੱਲੂਗੀ ਤਾਂ ਹਰ ਸੈਕਟਰ ਚੱਲੂਗਾ। ਜੇ ਕੋਈ ਕਿਸਾਨੀ ਬੰਦ ਹੋ ਗਈ ਹਰ ਸੈਕਟਰ ਨੂੰ ਕਿਉਂਕਿ 93% ਜਿਹੜਾ ਕਿਸਾਨ ਹੈ ਇਹ ਗੱਲ ਨੂੰ ਸੋਚਣੀ ਚਾਹੀਦੀ ਹੈ ਅਤੇ ਇਹ ਜਿਹੜਾ ਹਰੇਕ ਬੰਦਾ ਕਿਸਾਨੀ ਨਾਲ ਜੁੜਿਆ ਹੋਇਆ ਜੇ ਕਿਸਾਨੀ ਬੰਦ ਹੋ ਗਈ ਜੇ ਇਹਦਾ MSP ਲੈ ਲਿਆ ਆਪਣਾ ਵਾਪਸ ਲੈ ਲਿਆ ਇਹਨਾਂ ਨੇ ਤਾਂ ਇਹ ਕਿਸਾਨੀ ਰੁਲ ਜੂਗੀ ਇਹ ਪ੍ਰਾਈਵੇਟ ਸੈਕਟਰ ਚੱਲ ਜੂਗੀ ਪ੍ਰਾਈਵੇਟ ਸੈਕਟਰ ਜਿਹੜਾ ਬਲਵਾਨ ਹੈ ਹੋਰ ਬਲਵਾਨ ਹੋ ਜੂਗਾ। ਇਹ ਗੱਲਾਂ ਹੈਗੀਆਂ ਕੋਈ ਸੋਚਣ ਸਮਝਣ ਦੀਆਂ ਕਿਉਂਕਿ ਇਹਨਾਂ ਨੇ ਪੂਰਾ ਪ੍ਰੀ ਪਲੈਂਟ ਤਰੀਕੇ ਨਾਲ ਕਿਸੇ ਦੇ ਕਹਿਣ 'ਤੇ ਇਹ ਵੱਡੇ ਘਰਾਣੇ ਦੇ ਕਹਿਣ 'ਤੇ ਇੱਕ ਸਭ ਕੁਛ ਕਰਿਆ। ਇਹ ਕੋਈ ਮਾੜੀ ਮੋਟੀ ਗੱਲ ਨਹੀਂ ਬੜੀ ਇਹਨਾਂ ਦੀ ਲਾ ਆਪਣਾ ਜਿਹੜਾ ਕੋਰੋਨਾਟਾਈਮ ਦੇ ਟਾਈਮ ਇਹਨਾਂ ਦਾ ਇਹੀ ਪਲੈਨਿੰਗ ਚੱਲਦੀ ਸੀ ਵੀ ਇਹ ਕਿਵੇਂ ਇੰਪਲੀਮੈਂਟ ਕੀਤਾ ਜਾਵੇ ਉਹ ਇਹਨਾਂ ਨੇ ਕੀਤਾ। ਬਟ ਮੈਨੂੰ ਨਹੀਂ ਲੱਗਦਾ ਇਹ ਵਾਪਸ ਲੈਣਾ ਹੀ ਪੈਣਾ ਹੈ। ਸੋਧਨਾ ਤਾਂ ਆ ਗਏ ਆ ਪਰ ਅਸੀਂ ਸੋਧਨਾ ਦੇ ਵਾਪਸ ਨਹੀਂ ਲੈਣ ਦੇ ਹੱਕ ਵਿੱਚ ਹੈ ਨਹੀਂ। ਇਹ ਤਾਂ ਵਾਪਸ ਲੈਣਾ ਹੀ ਪੈਣਾ ਇਹਨਾਂ ਨੂੰ ਹੋਰ ਕੋਈ ਚਾਰਾ ਨਹੀਂ ਹੈ। ਲਗਾਤਾਰ ਜਿਹੜਾ ਦੇਖਿਆ ਜਾ ਰਿਹਾ ਕਿ ਨੌਜਵਾਨਾਂ ਦੀ ਗਿਣਤੀ ਜਿਹੜੀ ਹੈ ਖਾਸ ਕਰਕੇ ਉਹ ਵੱਧਦੀ ਜਾ ਰਹੀ ਹੈ ਪਰ ਅਕਸਰ ਇਹ ਕਿਹਾ ਜਾਂਦਾ ਕਿ ਪੰਜਾਬ 'ਚ 6ਵਾਂ ਦਰਿਆ ਵਗਦਾ ਨਸ਼ੇ ਦਾ। ਬਾਈ ਜੀ ਇਹ 6ਵਾਂ ਦਰਿਆ ਲੀਡਰਾਂ ਦੇ ਕਹਿਣ ਨੂੰ ਵਗਦਾ। ਅਸੀਂ ਕੋਈ ਜਾ ਕੇ ਆਉਣੇ ਇੰਨੇ ਬੰਦੇ ਖੜੇ ਆ ਕੋਈ ਕਹਿ ਦੇ ਵੀ ਹਾਂ 6ਵਾਂ ਦਰਿਆ ਵਗਦਾ ਇਹਦਾ ਹੁਣ ਲੀਡਰਾਂ ਦੇ ਕਹਿਣ ਤੇ ਵਗਦਾ। ਬਸ ਪੰਜਾਬ ਨੂੰ ਬਦਨਾਮ ਕੀਤਾ ਗਿਆ ਹੈ ਕੋਈ ਐਸਾ ਕੁਛ ਨਹੀਂ ਆ। ਸਾਡਾ ਕੋਈ ਦਿਲ ਨਹੀਂ ਕਰਦਾ ਕਿ ਆਪਣੇ ਘਰ ਬਾਹਰ ਛੱਡ ਕੇ ਆ ਕੇ ਰੋਡ ਤੇ ਸੋਈਏ ਰੋਡ ਤੇ ਬਈਏ। ਸਾਨੂੰ ਐਸਾ ਦਾ ਕੋਈ ਨਹੀਂ ਗਾ ਸਾਡੇ ਇਹ ਚੀਜ਼ ਰੱਦ ਕਰੇ ਅਸੀਂ 2 ਘੰਟਿਆਂ ਦੇ ਵਿੱਚ ਸਾਰਾ ਕੁਛ ਖਾਲੀ ਕਰਕੇ ਚੱਲ ਜਾਵਾਂਗੇ। ਅੱਜ ਵੀ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿਸ ਥਾਂ ਦੇ ਉੱਤੇ ਖੜੇ ਆ ਇਸ ਥਾਂ ਦੇ ਉੱਤੇ ਜਿਹੜਾ ਬੈਰੀਕੇਡ ਲਗਾਉਣ ਦੀ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲਗਾਤਾਰ ਜਿਹੜੀ ਫੋਰਸ ਵਧਦੀ ਜਾ ਰਹੀ ਹੈ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਦਿਖਾਵਾਂਗਾ। ਕੈਮਰਾਮੈਨ ਦਰਖਾਸਤ ਕਰਾਂਗੇ ਕਿ ਤਸਵੀਰਾਂ ਦਿਖਾ ਕੇ ਫੋਰਸ ਦੀ ਜਿਹੜੀ ਗਿਣਤੀ ਹੈ ਉਹ ਵੀ ਲਗਾਤਾਰ ਵਧਾਈ ਜਾ ਰਹੀ ਹੈ। ਸੋ ਇਹ ਫੋਰਸ ਵੀ ਇੰਨੀ ਵਧਦੀ ਜਾ ਰਹੀ ਹੈ ਇਹਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ? ਬਾਜੀ ਅਸੀਂ ਇੱਕ ਗੱਲ ਕਹਿੰਦੇ ਹਾਂ ਦੁੱਕੀ ਤਿੱਕੀ ਚੱਕ ਦੇਵਾਂਗੇ ਮੋਦੀ ਦੇ ਤੋਂ ਰੱਖ ਦੇਵਾਂਗੇ। ਇਹ ਮੋਦੀ ਸਰਕਾਰ ਜਿੰਨੇ ਮਰਜ਼ੀ ਆਪਣੀ ਮਨਮਾਨੀਆਂ ਕਰੀ ਜਾਵੇ ਅਸੀਂ ਇਹਨਾਂ ਦੇ ਬਰਖਲਾਫ ਹੈ। ਇਹਨਾਂ ਨੂੰ ਸੁੱਤੇ ਸ਼ੇਰ ਇਹਨਾਂ ਜਗਾ ਲਏ ਸੁੱਤੇ ਸ਼ੇਰ ਨਾਲ ਪੰਗਾ ਲੈਣਾ ਬਹੁਤ ਮਾੜਾ ਹੁੰਦਾ।
सानू कोई फोर्स ना कोई दुश्मनी नहीं, उन्हें देखो उन्होंने ड्यूटी आ मोदी सरकार ने लाई अपनी निभा रहे हैं, ना वो सानू तंग कर रहे ना असी कर रहे हैं, असी शांत पई तरीके अपना धरना प्रदेश कर रहे हैं। पर मोदी सरकार को भी ये चाहिए कि जो काम तू कर रहा है ये सही नहीं है, वो कहना मैं शोध करूंगा, पर शोध करन दा तरीका गल की आ, जिहड़े कानून बनाते वो सारी दुनिया नूं पता, पंजाब नूं पता, हिमाचल नूं पता, यूपी राजस्थान उत्तराखंड तो बंदे आए हुए हैं, हर एक नूं पता कि ये अपने अपने हक विच नहीं आ, तां असीं ये कानून वापस करा के तां इत्थों हिलणा नहीं, असीं इत्थे बैठे हैं। किस तरीके एजिटेशन पिछले 11 दिनों तो चलता पाया, उसका असर हुण इस वेले की हो चुका है सरकार ते मर्जी है जी, हुण इह गांह वधाउणा है जां इहनूं इत्थे क्लोज करना है, इह तां इहनां ते डिपेंड करदा, बाकी ट्रकां दी गल है, इह ट्रक जिहड़े पिछे नहीं रहे किसानी ना जुड़े हुए ने जी, ये किन्हां दे बेटे ने, किसानां दे बेटे ने जी, ते ये गल है, ये नहीं रहने, ये इन्हां दे गवर्नमेंट दे डिपेंड करदा, इन्हां ने हुण एक चालू रखना है इहनूं कि क्लोज करना है, ਉਹਨਾਂ ਦਾ ਮਨ ਤਾਂ ਵੱਜਦਾ ਕਲੋਜ਼ ਕਰਨ ਨੂੰ, ਪਰ ਹੁਣ ਥੋੜ੍ਹਾ ਜਿਹਾ ਉਹ ਗਿਲਟੀ ਫੀਲ ਕਰਦੇ ਆ ਔਰ ਸ਼ਰਮ ਮਹਿਸੂਸ ਕਰਦੇ ਆ ਵੀ ਹੁਣ ਕਿਵੇਂ ਕਿਹੜੇ ਮੂੰਹ ਨਾਲ ਵਾਪਸ ਲਈਏ ਇਹਨੂੰ। ਤੁਸੀਂ ਤਾਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਉਹ ਸਰਕਾਰ ਦੇ ਖਿਲਾਫ਼ ਜਾਰੀ ਹੈ, ਤੁਹਾਨੂੰ ਕੀ ਲੱਗਦਾ ਕਿ 9 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਵਾਲੀ ਆ, ਉਸ ਤੋਂ ਪਹਿਲਾਂ 8 ਤਰੀਕ ਨੂੰ ਤਾਂ ਚੱਕਾ ਜਾਮ ਦੀ ਕਾਲ ਦੇ ਦਿੱਤੀ ਗਈ ਹੈ ਕਿਸਾਨੀ ਯੂਨੀਅਨਾਂ ਵੱਲੋਂ, ਪਰ ਜਿਹੜੀ 9 ਤਰੀਕ ਨੂੰ ਮੀਟਿੰਗ ਹੋਣ ਵਾਲੀ ਹੈ, ਐਤਕੀ ਸਰਕਾਰ ਕਿਸ ਲੈਵਲ ਤੱਕ ਚੁੱਕ ਸਕਦੀ ਹੈ, ਕੀ ਸਿੱਟਾ ਦੇ ਸਕਦੀ ਹੈ, ਕਿਉਂਕਿ ਮਗਰਲੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਉਹ ਬੇਸਿੱਟਾ ਨਿਕਲੀਆਂ ਨੇ। ਇਹ ਚੁੱਕਣਾ ਤਾਂ ਪਊਗਾ ਜੀ ਸਰਕਾਰ, ਜੇ ਨਾ ਚੁੱਕਾਂਗੇ ਫਿਰ ਅਸੀਂ ਤਾਂ ਇੱਥੇ ਬੈਠੇ ਹਾਂ ਜੀ, ਨਹੀਂ ਅੱਗੇ ਵਧਾਂਗੇ, ਕਿੱਥੇ ਚੱਕਾ ਜਾਮ ਮੁੜ ਕੇ ਚੱਕਾ ਬਾਅਦ 'ਚ ਲਗਾਤਾਰ ਜਾਮ ਰਹੇਗਾ ਜੀ। ਅੱਜ ਨਹੀਂ ਤਾਂ ਕੱਲ੍ਹ ਉਹਨਾਂ ਨੂੰ ਚੁੱਕਣਾ ਹੀ ਪਏਗਾ, ਇਹਨੂੰ ਚੁੱਕਣਾ ਹੀ ਪਏਗਾ, ਅਸੀਂ ਰੱਦ ਹੀ ਕਰਵਾ ਕੇ ਛੱਡਾਂਗੇ, ਸਾਨੂੰ ਕੋਈ ਲੋਲੀਪੋਪ ਨਹੀਂ ਚਾਹੀਦੇ, ਰੋਜ਼ ਆਉਂਦੇ ਨੇ ਲੋਲੀਪੋਪ ਦੇ ਕੇ ਚੱਲ ਜਾਣਾ, ਲੋਲੀਪੋਪ ਨਹੀਂ ਚਾਹੀਦੇ, ਅਸੀਂ ਇਹਨੂੰ ਰੱਦ ਕਰਾ ਕੇ ਹੀ ਛੱਡਾਂਗੇ, ਬਸ ਇਹ ਰੱਦ ਹੀ ਕਰਦੇ ਹਾਂ ਤਾਂ ਰੱਦ ਹੀ ਹੋਏਗਾ। ਧਰਨਾ ਜਿਹੜਾ ਹੈ, ਜਿਹੜਾ ਪ੍ਰੋਟੈਸਟ ਹੈ, ਉਹ ਲਗਾਤਾਰ ਸ਼ਾਂਤੀਪੂਰਵਕ ਇਸੇ ਤਰੀਕੇ ਨਾਲ ਜਾਰੀ ਰਹੂਗਾ, ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਹੈਗੇ, ਅੱਗੇ ਵੀ ਜੇ ਟਕਰਾਅ ਹੋਇਆ ਤਾਂ ਸਾਨੂੰ ਰੋਕਿਆ ਗਿਆ ਹੈ, ਅਸੀਂ ਆਪਦੀ ਗੱਲ ਕਹਿਣੀ ਚਾਹੁੰਦੇ ਹਾਂ, ਸਾਨੂੰ ਜੋ ਕਾਨੂੰਨ ਚਾਹੀਦੇ ਨਹੀਂ ਸੀ ਉਹ ਸਾਡੇ ਤੇ ਥੋਪੇ ਗਏ ਨੇ, ਹਨਾ, ਅਸੀਂ ਮੰਗੇ ਨਹੀਂ, ਕਿਸਾਨ ਕਹਿੰਦਾ ਜਿਵੇਂ ਮੈਂ ਹੈਗਾ ਠੀਕ ਹੈ, ਮੈਨੂੰ ਕਾਨੂੰਨ ਚਾਹੀਦੇ ਨਹੀਂ ਸੀਗੇ, ਆਰਡੀਨੈਂਸ ਅਸੀਂ ਕਰਨੇ ਕੀ ਨੇ, ਜਦੋਂ ਸਾਡਾ ਜੋ ਸਿਸਟਮ ਚੱਲ ਰਿਹਾ ਵੈ ਠੀਕ ਆ, ਮੰਨਦੇ ਹਾਂ, ਇਹਦੇ 'ਤੇ ਵੀ ਲਿਖਿਆ ਵੀ ਡੂੰਘਾ ਦਰਦ ਕਿਸਾਨੀ ਦਾ ਏ, ਪੁੱਤਾਂ ਵਾਂਗੂ ਪਾਲ ਫਸਲਾਂ, ਦੀਵਾਨੀ ਮੁੱਲ ਨਹੀਂ ਮਿਲਦਾ ਹੈਗਾ, ਚਲੋ ਜਿਵੇਂ ਵੀ ਚੱਲ ਰਿਹਾ ਠੀਕ ਹੈ, ਸਾਨੂੰ ਉਵੇਂ ਸੀਗਾ, ਪਰ ਇਹ ਆਰਡੀਨੈਂਸ ਤਾਂ ਸਾਡੇ ਖੇਤ ਖੋਣ ਵਾਲੇ ਨੇ, ਸਾਡੀ ਹੋਣ ਦੀ ਲੜਾਈ ਹੈ, ਤਾਂ ਇਹਦੇ ਲਈ ਹੀ ਅਸੀਂ ਅੱਜ ਇੱਥੇ, ਜੇ ਤੁਹਾਨੂੰ ਲੱਗਦਾ ਨਾ ਵੀ ਸਾਡੇ ਬਜ਼ੁਰਗ ਤੋਂ ਲੈ ਕੇ ਮਾਵਾਂ ਭੈਣਾਂ ਸਾਰੇ ਅਸੀਂ ਨੌਜਵਾਨ ਵੀਰ ਇਕੱਠੇ ਹੋਏ ਹਾਂ, ਤਾਂ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਸਾਡੀ ਸਾਰਾ ਨੂੰ ਹੱਥ ਪਾਇਆ ਵੀ। ਮੈਡਮ ਦੀ ਗੱਲ ਕੀਤੀ ਹੈ, ਕੁਝ ਲੋਕ ਅਜਿਹੇ ਵੀ ਨੇ, ਖਾਸ ਕਰਕੇ ਬਾਲੀਵੁੱਡ ਦੇ ਐਕਟਰ ਅਜਿਹੇ ਵੀ ਨੇ ਜੋ ਇਹਨਾਂ ਉੱਤੇ ਵੀ ਇੱਕ ਐਜੀਟੇਸ਼ਨ, ਇੱਕ ਵਰਡ ਯੂਜ਼ ਕਰ ਰਹੇ ਨੇ ਕਿ 100-100 ਰੁਪਏ ਦੇ ਕੇ ਲਿਆਂਦੀਆਂ ਗਈਆਂ ਨੇ ਇਹ। ਵੀਰੇ ਉਹਨਾਂ ਧਿਆਨ, ਉਹਨਾਂ ਸਿਰਫ ਪਤਾ ਕੀ ਆ, ਉਹ ਸਿਰਫ ਇਹ ਇੰਨਾ ਹੀ ਆ ਬਈ ਧਿਆਨ ਨੂੰ ਭੜਕਾਉਣ ਲਈ ਆ, ਸਾਰਾ ਫੋਕਸ ਸਾਡਾ ਅੱਜ ਇੱਥੇ ਕਿਸਾਨੀ ਮਸਲੇ 'ਤੇ ਆ, ਠੀਕ ਆ, ਅਸੀਂ ਚਾਹੁੰਦੇ ਨਹੀਂ ਹੈਗੇ ਕਿਸੇ ਨੂੰ ਵੀ ਕੋਈ ਪਤਾ ਹੈ ਕਿ ਬਾਲੀਵੁੱਡ ਦੇ ਵਿੱਚ ਕੀ ਹੁੰਦਾ ਹੈ, ਸਾਰਾ ਹੀ ਬਾਲੀਵੁੱਡ ਦੇ ਵਿੱਚ ਸਾਰਾ ਹੀ ਗੰਦ ਆ, ਸਾਰਾ ਏ ਟੂ ਜ਼ੈਡ ਗੰਦ ਆ, ਅਸੀਂ ਉਹਦੇ ਉੱਤੇ ਗੰਦ ਸੁੱਟ, ਗੰਦ ਦੇ ਵਿੱਚ ਇੱਟ ਮਾਰਾਂਗੇ ਸਾਡੇ ਉੱਤੇ ਛਿੱਟਾ ਪੈਣਗੀਆਂ, ਅਸੀਂ ਉਸ ਮੁੱਦੇ 'ਤੇ ਨਹੀਂ ਜਾਣਾ ਚਾਹੁੰਦੇ। ਧਿਆਨ ਹੈਗਾ ਸਾਡੇ ਜੋ ਖੇਤੀ ਵਿਰੋਧੀ ਕਾਨੂੰਨ ਨੇ, ਅਸੀਂ ਉਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਸ਼ਾਂਤਮਈ ਕਰ ਰਹੇ ਹਾਂ, ਸਰਕਾਰ ਸਾਨੂੰ ਕਿਸੇ ਵੀ ਕੋਈ ਇਸਦਾਂ ਦੀ ਗੱਲਬਾਤ ਲਈ ਮਜਬੂਰ ਨਾ ਕਰੇ। ਉਹ ਜਿਹੜੀ ਕੰਗਣਾ ਨੇ ਨਾ 100-100 ਵਾਲੀ ਗੱਲ ਕੀਤੀ ਸੀ, ਤਾਂ ਉਹ ਮਾਤਾ ਨੇ ਉਹਨਾਂ ਨੂੰ ਦੁਬਾਰਾ ਰਿਪਲਾਈ ਕੀਤਾ ਕਿ ਅਸੀਂ 1000 ਰੁਪਇਆ ਦਊਂਗੀ, ਤੂੰ ਸਾਡੇ ਖੇਤਾਂ ਜਾ ਕੇ 10 ਮਿੰਟ ਵੀ ਕੰਮ ਕਰਕੇ ਦਿਖਾ ਦੇ। ਲਗਾਤਾਰ ਜਿਹੜਾ ਹੈ ਜਿਹੜੀ ਇਹ ਮਤਲਬ ਸਾਰੇ ਜਿਹੜੇ ਇਸ ਵੇਲੇ ਖੜੇ ਹਾਂ ਆਪਾਂ, ਇੱਕ ਗੱਲ ਸਰਕਾਰ ਦੇ ਜ਼ਰੂਰ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਬੱਚੇ ਨੇ, ਕਿਉਂਕਿ ਹਰ ਉਮਰ ਦਾ ਜਿਹੜਾ ਹੈ ਇਨਸਾਨ ਇਸ ਪ੍ਰੋਟੈਸਟ ਦੇ ਵਿੱਚ ਨਾਲ ਜੁੜ ਚੁੱਕਿਆ ਹੋਇਆ, ਜਿਹੜੇ ਬੱਚੇ ਨੇ ਅਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ, ਤੁਹਾਡਾ ਇਸ ਬਾਰੇ 'ਚ ਕੀ ਗੱਲ ਕਹਿਣਾ, ਕੀ ਕਹਿਣਾ? ਇੱਕ ਹੋਣਾ ਇੱਦਾਂ ਚਾਹੀਦਾ ਵੀ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ, ਕੁਛ ਵੀ ਹੋ ਰਿਹਾ, ਗੌਰਮੈਂਟ ਨੂੰ ਇਹਦੇ ਵਿੱਚ ਇੱਦਾਂ ਕਰਨਾ ਚਾਹੀਦਾ, ਇੱਕ ਓਪਨ ਡਿਬੇਟ, ਜਿਵੇਂ ਤਾਂ ਮੇਰੀ ਸਾਰੀ ਮੀਡੀਆ ਵਿੱਚ, ਗੋਦੀ ਮੀਡੀਆ ਵਿੱਚ, ਜਿਹੜੀ ਦੂਸਰੀ ਮੀਡੀਆ ਸਹੀ ਮੀਡੀਆ, ਉਹ ਬੁਲਾ ਕੇ ਵਿੱਚ ਕਿਸਾਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੁਲਾ ਕੇ ਓਪਨ 'ਚ ਡਿਬੇਟ ਕੀਤੀ ਜਾਵੇ, ਠੀਕ ਹੈ ਜੀ, ਬੁਲਾ ਕੇ ਓਪਨ 'ਚ ਡਿਬੇਟ ਕੀਤੀ ਜਾਵੇ, ਸਾਰੀ ਦੁਨੀਆ ਦੇਖੂਗੀ ਵੀ ਕੀ ਉਹਦਾ ਕੁਐਸਚਨ ਆਨਸਰ, ਉਹ ਤਾਂ ਆਨ
ਜਿਹੜੀ ਪੰਜਾਬ ਦੀ ਮੀਡੀਆ ਕੁਝ ਹੋਰ ਦੱਸਦੀ ਆ, ਉਹ ਸਾਨੂੰ ਖਾਲਿਸਤਾਨ ਦੱਸਦੀ ਆ, ਖਾਲਿਸਤਾਨੀ ਦੱਸਦੀ ਆ, ਤੇ ਤੁਸੀਂ ਸਾਨੂੰ ਕਿਸਾਨ ਦੱਸ ਰਹੇ ਹੋ। ਬਾਈ ਜੀ, ਜੇ ਅਸੀਂ ਆਪਣੇ ਹੱਕ ਮੰਗਦੇ ਹਾਂ ਤਾਂ ਸਾਨੂੰ ਅੱਤਵਾਦੀ ਦੱਸਿਆ ਜਾਂਦਾ। ਜੇ ਕਿਸੇ ਬੰਦੇ ਦਾ ਮੇਰਾ ਹੁਣ ਰਾਈਟ ਹੈ, ਜੇ ਮੈਂ ਆਪਣੇ ਹੱਕ ਮੰਗ ਰਿਹਾ ਤਾਂ ਕਿਆ ਮੈਂ ਅੱਤਵਾਦੀ ਹੋ ਗਿਆ? ਮੋਦੀ ਨੂੰ ਐਂ ਪੁੱਛੋ, ਕਿਸੇ ਵੀ ਕੰਟਰੀ ਮੈਂ ਚਲੇ ਜਾਓ, ਕਹੀਂ ਆਪਣਾ ਭਾਰਤ ਲਿਖਿਆ ਹੁੰਦਾ ਨਾ ਇੰਗਲਿਸ਼ ਮੈਂ ਹਿੰਦੀ, ਇਹ ਹਿੰਦੂਵਾਦ ਬਣਾਉਣਾ ਚਾਹੁੰਦਾ ਹੈਗਾ ਆਪਣਾ, ਕੀ ਉਹ ਦਿੱਤਾ ਇਹਨੇ, ਉਹ ਆਪਣਾ ਭੁੱਲ ਜਾਂਦੇ ਹਾਂ ਯਾਰ, ਹਿੰਦੂਵਾਦ ਦਾ ਕੋਈ ਬਣਾਉਣਾ ਚਾਹੁੰਦਾ ਹੈ, ਕਦੇ ਭਾਰਤ ਜਾਂ ਇੰਡੀਆ ਲਿਖਿਆ ਹੁੰਦਾ, ਤੀਸਰਾ ਦੂਸਰਾ ਹਿੰਦੂ ਰਾਸ਼ਟਰ ਮੰਗਦੇ ਹਾਂ, ਸਾਡੇ ਲਈ ਕੋਈ ਉਹ ਨਹੀਂ। ਜੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਹਾਂ ਤੁਸੀਂ ਅੱਤਵਾਦੀ ਹਾਂ, ਜੇ ਹਿੰਦੂ ਰਾਸ਼ਟਰ ਮੰਗਦੇ ਹਾਂ ਤਾਂ ਇਹ ਫਿਰ ਇਹ ਅੱਤਵਾਦੀ ਨਹੀਂ ਹੈਗੇ? ਨਾਲੇ ਇੱਥੇ ਕੋਈ ਵੀ ਬੰਦਾ ਨਹੀਂ, ਹਰ ਇੱਕ ਕਿਸਾਨ ਨੇ, ਸਾਡਾ ਹੱਕ ਆ, ਅਸੀਂ ਨਹੀਂ ਕਹਿੰਦੇ। ਜੇ ਹਿੰਦੂ ਮੰਗ ਸਕਦੇ, ਹਿੰਦੂ ਰਾਸ਼ਟਰ ਮੰਗ ਸਕਦੇ ਹਾਂ, ਅਸੀਂ ਖਾਲਿਸਤਾਨ ਮੰਗ ਸਕਦੇ ਹਾਂ। ਦੇਖੋ ਗੱਲ ਨਹੀਂ ਹੈ ਨਾ, ਦੇਖੋ ਬਹੁਤ ਹੀ ਇਹ ਨਹੀਂ ਹੈ ਸਟੈਪ ਯਾਰ, ਐਦਾਂ ਦੀ ਤੁਸੀਂ ਕਿਹਾ ਸੀਗਾ ਵੀ ਜਿਹੜਾ ਇਹ ਆਪਣੇ ਜਿਹੜਾ ਸਾਡਾ ਪ੍ਰੋਟੈਸਟ ਹੈ, ਦੇਖੋ ਤੁਸੀਂ ਫਸਟ ਡੇ ਤੋਂ ਦੇਖ ਲਓ ਪ੍ਰੋਟੈਸਟ ਹੋ ਰਿਹਾ ਡੇ ਬਾਈ ਡੇ, ਹਰੇਕ ਡੇਟ 'ਤੇ ਇਹ ਜਿਹੜਾ ਇਸ਼ੂ ਹੈ ਸਾਡੀ ਜਿੱਤ ਹੁੰਦੀ ਜਾ ਰਹੀ ਆ। ਉਸ ਤੋਂ ਬਾਅਦ 'ਚ ਪਹਿਲਾਂ ਉਹਨਾਂ ਨੇ ਕਿਹਾ ਐੱਮ ਐੱਸ ਪੀ ਵੀ ਰਹੂਗੀ, ਉਦੋਂ ਬਾਅਦ 'ਚ ਉਹਨਾਂ ਨੇ ਕਿਹਾ ਵੀ ਚਲੋ ਤੁਹਾਡੀਆਂ ਅਸੀਂ ਮੰਡੀਆਂ ਵੀ ਨਹੀਂ ਤੋੜਦੇ। ਗੱਲ ਕੀ ਹੈ, ਜਿੱਤ ਸਾਡੀ ਹੋ ਗਈ ਹੈ, ਸਿਰਫ ਐਲਾਨ ਬਾਕੀ ਹੈ, ਜਿਹੜੀ ਨੈਕਸਟ ਡੇ ਹੋਊਗੀ ਉਹਨਾਂ ਨੂੰ ਇਹ ਕਹਿ ਦੇਣਗੇ ਚਲੋ ਅਸੀਂ ਵਾਪਸ ਲੈ ਲਾਂਗੇ, ਠੀਕ ਹੈ ਜੀ। ਅਤੇ ਇਹੀ ਹੈ, ਦੇਖੋ ਗੱਲ ਕੀ ਹੈ, ਸਿਰਫ ਇੱਕ ਇੰਨੀ ਗੱਲ ਹੈ, ਹੁਣ ਮੋਦੀ ਜੀ ਦੇ ਵੀ ਧੌਣ ਵਿੱਚ ਸਰੀਆ ਅੜਿਆ ਹੋਇਆ, ਪਰ ਉਹਨੂੰ ਇਹ ਨਹੀਂ ਪਤਾ ਵੀ ਉਹਦੇ ਧੌਣ 'ਚ ਸਰੀਆ, ਅਸੀਂ ਤਾਂ ਬਣੇ ਹੋਏ ਲੋਹੇ ਦੇ ਹਾਂ, ਠੀਕ ਹੈ ਜੀ। ਅਸੀਂ ਇੱਥੇ ਜਿਹੜੇ ਆਏ ਹਾਂ, ਅਸੀਂ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਨਾਲ ਆਏ ਹਾਂ, ਆਪਣਾ ਹੱਕ ਲੈਣ ਲਈ ਆਏ ਹਾਂ, ਕੋਈ ਸਾਡਾ ਇਹ ਕੋਈ ਇਹ ਨਹੀਂ, ਜਿਹੜੇ ਉਹ ਵੀਰ ਖੜੇ ਨੇ ਉਹ ਵੀ ਸਾਡੇ ਆਪਣੇ ਨੇ, ਠੀਕ ਹੈ, ਉਹ ਅਤੇ ਅਸੀਂ ਵੀ ਉਹਨਾਂ ਦੇ ਹੀ ਹਾਂ, ਠੀਕ ਹੈ ਜੀ। ਜੇ ਕਿਸਾਨ ਰਹੂਗਾ ਤਾਂ ਦੇਸ਼ ਹੈ, ਸਿਰਫ ਹੱਕ ਲੈਣ ਲਈ ਆਏ ਹਾਂ। ਫਿਰ ਰਿਕੁਐਸਟ ਕਰਦੇ ਹਾਂ ਕਿ ਨਾ ਇਹ ਕੁਛ ਕਰੋ, ਸਾਨੂੰ ਸਾਡਾ ਹੱਕ ਦਿਓ। ਸੋ ਇਹ ਸਨ ਕਿਸਾਨ ਜਿਹੜੇ ਇੱਥੇ ਮੌਜੂਦ ਨੇ, ਪ੍ਰੋਟੈਸਟ ਕਰ ਰਹੇ ਨੇ ਲਗਾਤਾਰ। ਅੱਜ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੰਗਣਾ ਰਣੌਤ ਜਿਹੜਾ ਪੁਤਲਾ ਜਿਹੜਾ ਹੈ ਸਾੜਿਆ ਗਿਆ, ਲਗਾਤਾਰ ਕਿਸਾਨਾਂ ਦੀ ਇਹੀ ਮੰਗ ਹੈ ਕਿ ਜੇ ਕਰ ਇਹ ਜਿਹੜੇ ਬਿੱਲ ਜਾਂ ਐਕਟ ਬਣਾਏ ਗਏ ਨੇ ਜਦ ਤੱਕ ਵਾਪਸ ਨਹੀਂ ਹੁੰਦੇ, ਇਹਨਾਂ ਦਾ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਜਿਹੜਾ ਹੈ ਇੱਦਾਂ ਹੀ ਜਾਰੀ ਰਹੇਗਾ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਸਾਜਨ ਅਰੋੜਾ, ਦੈਨਿਕ ਸਵੇਰਾ ਟੀਵੀ, ਸਿੰਘੂ ਬਾਰਡਰ, ਦਿੱਲੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।